ਚਲੀਏ ਹੁਣ? ਚਲੋ ਨਹੀਂ ਰਹਿ ਲੈ, ਮੈਂ ਖਾਣਾ ਬਣਾਉਂਦੀ, ਸ਼ਾਮ ਦਾ ਟਾਈਮ ਆ, ਖਾਣਾ ਖਾ ਕੇ ਆਇਓ। ਨਹੀਂ ਚਲੇ ਚੱਲਦੇ ਹਾਂ, ਹੁਣ ਸ਼ਾਮ ਹੋ ਗਈ, ਖਾਣਾ ਉੱਧਰ ਬਣਨ ਦੀ ਆ। ਕਿਸ ਤਰ੍ਹਾਂ ਖਾਧੀ ਨੀ ਹੈ। ਚਲੋ ਫਿਰ ਮੈਂ ਵੀ ਤੇਰੀ ਹੈਲਪ ਕਰਵਾਉਣੀ ਹੈ। ਗਰਮੀ ਇੰਨੀ ਆ ਗਈ ਹਜੇ, ਦੇਖ ਲਓ ਮੱਖੀਆਂ ਨਹੀਂ ਜਾ ਰਹੀ, ਇਹ ਨਹੀਂ ਆਉਣੀ ਵਾਲੀ ਜਲਦੀ। ਜਦੋਂ ਬਹੁਤੀ ਲੋ ਚਲੀ ਫਿਰ ਚਲ ਜਾਣੀ, ਘੱਟ ਚੱਲਦੀ ਹੈ ਨਾ। ਪਰਸੋਂ ਕਿੰਨੀ ਸਰਦੀ ਹੋ ਗਈ ਸੀ, ਰਾਤ ਵੀ ਬਾਰਿਸ਼ ਆਉਂਦੀਆਂ ਨਾ, ਸਰਦੀ ਉੱਥੇ ਬਥੇਰੀ ਹੋ ਜਾਂਦੀ, ਕੰਬਲ ਛੰਡ ਲੱਗਦੀ। ਮੇਰੇ ਪਤਾ ਹੈ ਰਸ ਮਲਾਈ ਭਲੇਗਾ, ਖਾਊ 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 ਖਾਊ, ਹੱਥ ਨਾ ਤੇਰੀ ਵਿੱਚ। ਮੁਸ਼ਕਲ ਹੋਣ ਡਈ ਇਹਦੇ ਤੇ ਨਾ, ਇਹ ਬੋਲਦੇ ਇਹ ਬਹੁਤ ਚੰਗਾ ਕੀਤਾ, ਇੱਕ ਦੂਸਰੇ ਕਮਰੇ ਚ ਗੈਸ ਕਮਰੇ, ਦੋਨਾਂ ਕਮਰੇ ਅਸੀਂ ਲਵਾ ਲਏ ਆ। ਗੈਸ ਦੀ ਕਿੰਨੀ ਮੌਜ ਆ ਵੈਸੇ, ਚੰਗੀ ਤਰ੍ਹਾਂ ਕਾੜ ਲੈਣਾ ਆ ਦੁੱਧ। ਤੇਰੀ ਸਲਾਹ ਵੀ ਤਾਂ ਬਣ ਦਿੱਤੀ ਪਈ ਕਿਤੇ, ਮੈਂ ਦੋ ਲੈਣੇ, ਦੋ ਲੈਣੇ, ਹਾਂ ਇੱਕ ਨਹੀਂ ਲੈਣਾ ਦੋ ਲੈਣੇ। ਚਲੋ ਦੋ ਲੈ ਲਾਂਗੇ, ਹੋਰ ਹੋਰ ਹੁਕਮ, ਸਹੀ ਆ। ਫਿਰ ਵੀ ਤੂੰ ਅਸੀਂ ਲੱਕੜੀਆਂ ਇਸਤੇਮਾਲ ਕਰਨੀਆਂ ਜ਼ਿਆਦੀਆਂ, ਇੱਦਾਂ ਨਹੀਂ ਮਤਲਬ ਮੈਨੂੰ ਪਤਾ ਹੈ ਨਾ। ਸਰਦੀਆਂ ਨੂੰ ਬੰਦਾ ਲੱਕੜੀਆਂ ਇਸਤੇਮਾਲ ਕਰ ਲੈਂਦਾ, ਚਲੋ ਇਸ ਤਰ੍ਹਾਂ ਕਰ ਲਾਂਗੇ ਅਸੀਂ। ਬਦਾਮ ਤੇ ਸੌਗੀ ਬਹੁਤ ਜ਼ਿਆਦਾ ਪਸੰਦ ਹੁੰਦੀ ਹੈ, ਯੂਸਫ ਨੂੰ ਸੌਗੀ ਮਾਸ਼ਾਅੱਲਾ ਬਹੁਤ ਪਸੰਦ ਹੈ। ਅੱਗੇ ਥੋੜ੍ਹੀ ਮੋਟੀ ਹੈ, ਹੋਰ ਹੋ ਜਾਣਾ, ਤੁਸੀਂ ਨਾ ਘੱਟ ਖਾਓਗੀ ਬਦਾਮ ਕੱਟ ਕੇ ਬਣੇ ਵਾਸ਼ ਕਰਨੀਆਂ।
ਯੂਸਫ ਹਾਂਜੀ ਯੂਸਫ ਆ ਜਾ ਚਲ ਖੇਲ ਲੋ ਬਦਾਮ ਇਹਨਾਂ ਨੂੰ ਅਸੀਂ ਕੱਟ ਲਾਂਗੇ ਕੱਟ ਲੋ ਪਾ ਕੇ ਸਾਡੀ ਮੋਇਸ ਬਹੁਤ ਮਿੱਠੀ ਚੀਜ਼ ਸ਼ੌਕ ਨਾਲ ਖਾਂਦਾ ਮਾਸ਼ਾਅੱਲਾ ਯੂਸਫ ਨੂੰ ਵੀ ਮਿੱਠੀ ਚੀਜ਼ ਪਸੰਦ ਆ ਯੂਸਫ ਦੀਆਂ ਆਪੀਆਂ ਆ ਉਹਨਾਂ ਨੂੰ ਵੀ ਮਿੱਠੀ ਚੀਜ਼ ਸਾਰੇ ਬੱਚੇ ਨੂੰ ਤਾਂ ਮਿੱਠੀ ਚੀਜ਼ ਹੀ ਪਸੰਦ ਹੁੰਦੀ ਦੁੱਧ ਕੜਨ ਦਿਆ ਵਾ ਗਾੜਾ ਹੋ ਜੇ ਇਹ ਹੁਣ ਅਸੀਂ ਕੱਟੇ ਹੋਏ ਬਦਾਮ ਪਾ ਲੈਂਦੇ ਹਾਂ ਸੋ ਗਈ ਸਰ ਹੁਣ ਹਲਕਾ ਜਿਹਾ ਘੇ ਵੀ ਗਰਮ ਕਰ ਲਈਏ ਅਤੇ ਆਂਡੇ ਵਿੱਚ ਮਿਕਸ ਕਰ ਦਾ ਘੀ ਦੇਣਾ ਪਹਿਲੇ ਦੇਸੀ ਘੀ ਪਾ ਲੱਗੇ ਸੀ ਹੁਣ ਦੇਸੀ ਨਹੀਂ ਪਾਉਣਾ ਦੇਸੀ ਘਿਓ ਵੀ ਕੋਈ ਬੱਚੇ ਖਾਣ ਹੀ ਨਾ ਇੱਕ ਵਾਰ ਹੀ ਪਾਉਂਦੇ ਆ ਦੇਸੀ ਘੀ ਅੱਛਾ ਦੋ ਜੀ ਗਰਮ ਹੋ ਗਿਆ ਅਤੇ ਹੁਣ ਮੈਨੂੰ ਗੈਸ ਤੋਂ ਮੈਂ ਨੀਚੇ ਉਤਾਰ ਲੈਂਦਾ ਸਾਡੀ ਇੱਥੇ ਤਾਂ ਉੱਪਰ ਰੱਖਦੇ ਨੀਚੇ ਨਹੀਂ ਉਤਾਰਨ ਜਿੰਨਾ ਕੜ ਜਾਊਗਾ ਉਹਨਾਂ ਟੇਸਟ ਬਣੇਗਾ ਮਜ਼ੇਦਾਰ ਬਣੇਗਾ ਹਾਂ ਮਿਕਸ ਕੀਤੀਆਂ ਪੀਸੀਆਂ ਮੇਵੇ ਪੀਸੇ ਹੋਏ ਮੇਵੇ ਚਲ ਠੀਕ ਆ ਹੁਣ ਕਾਰ ਇਹਦਾ ਜੋ ਵੀ ਕਰਨਾ ਮੈਨੂੰ ਤਾਂ ਪਤਾ ਨਹੀਂ ਜੀ ਗਰਮ ਠੰਡਾ ਕਰਕੇ ਪਾਉਣਾ ਨਹੀਂ ਜੀ ਗਰਮ ਵੀ ਪਾ ਲਓ ਨਾਰਮਲ ਜਿਹਾ ਹੀ ਹੋਣਾ ਇਹ ਜਿਹੜਾ ਪਾਊਡਰ ਸੀ ਸਾਰੀਆਂ ਨੇ ਮਿਕਸ ਕੀਤਾ ਸੀ ਅਤੇ ਥੋੜ੍ਹੀ ਦੇਰ ਵਾਸਤੇ ਅਸੀਂ ਇਹਨੂੰ ਫਰਿੱਜ ਵਿੱਚ ਰੱਖਿਆ ਸੀ ਬਣਾਉਣੀ
ਕਿਆ ਬਣਾਉਣੀ ਹੈ ਇਸ ਤਰ੍ਹਾਂ ਮੈਂ ਵੀ ਬਣਾ ਅੱਛਾ ਇਸ ਤਰ੍ਹਾਂ ਦੀਆਂ ਟਿੱਕੀਆਂ ਬਣਾਉਣੀਆਂ ਹੈ ਨਾ ਅੱਛਾ ਇਸ ਤਰ੍ਹਾਂ ਬਣਾ ਕੇ ਵਿੱਚ ਪਾ ਦੇਣੀ ਆਉਣਗੀਆਂ ਨਾ ਕਾਹਦੀਆਂ ਬੜਾ ਪੈਪ ਲਾ ਕੇ ਨਾ ਬੜਾ ਪੈਪ ਮੰਗਵਾ ਲਈ ਬੜਾ ਸਾਰਾ ਬੜੀ 2000 ਦਾ ਆ ਜਾਏਗਾ ਅਤੇ ਸਰੀਂ ਸਾਰੇ ਲਾ ਕੇ ਨਾ ਲੜੇ ਲੜੇ ਅਤੇ ਇਹਨਾਂ ਨੂੰ ਪਾਣੀ ਪਾ ਲਿਆ ਕਰੋ ਤੇਰੇ ਭਾਈ ਨੇ ਹੁਣ ਲਗਾਏ ਆ ਨਾ ਅਤੇ ਮਾਸ਼ਾਅੱਲਾ ਸਾਡੇ ਸਾਰੇ ਸਰੀਂ ਚੱਲ ਪਏ ਆ ਪਾਣੀ ਪਾਉਂਦੇ ਤੇਰੇ ਭਾਈ 'ਚ ਉਸ ਦਿਨ ਸਾਡੀ ਨਹਿਰ 'ਚ ਪਾਣੀ ਆਇਆ ਸੀਗਾ ਅਤੇ ਤੇਰੇ ਭਾਈ ਨੇ ਨਾ ਉਹਦੇ ਨਾਲ ਬਾਲਟੀ ਨਾਲ ਸਾਰੇ ਨਹਿਰ ਦਾ ਪਾਣੀ ਪਾਇਆ ਵੀ ਨਹਿਰ ਦਾ ਪਾਣੀ ਆ ਗੋਲੀਆਂ 'ਚ ਬਣਾ ਲਈਆਂ ਟਿੱਕੀਆਂ ਬਣਾ ਲਈਆਂ ਹੁਣ ਅਸੀਂ ਉਹ ਵਿੱਚ ਪਾ ਦੇਵਾਂਗੇ ਸਾਡਾ ਇੱਕ ਰਹਿ ਗਈ ਸੈਕਲ ਚਲਾਉਣੀ ਆਉਂਦੀ ਨੀ ਸ਼ਰਾਰਤ ਕਰਨ ਹਟਦਾ ਨੀ ਗਾ ਦੂਸਰੀ ਜਿਹੜੀ ਨਵੀਂ ਲੈ ਦਿੱਤੀ ਸੀ ਇਹਨਾਂ ਦੇ ਪਾਪਾ ਉਹ ਇਸੇ ਤਰ੍ਹਾਂ ਹੀ ਟੁੱਟ ਭੱਜ ਗਈ ਮੇਰੇ ਪੁੱਤ ਨੂੰ ਨਹੀਂ ਚਲਾਉਣੀ ਸੱਟ ਲੱਗ ਗਈ ਮੈਂ ਦੇਖਦੀ ਹਾਂ ਡਿੱਗ ਗਿਆ ਕਿੱਥੇ ਡਿੱਗ ਗਿਆ ਹੈ ਅਤੇ ਮੈਂ ਕਿਹਾ ਵੀ ਮੈਂ ਨਾ ਬਰਤਨ ਧੋ ਦਿੰਦੀ ਹਾਂ ਬੱਚੇ ਕਹਿੰਦੇ ਆ ਵੀ ਯੂਸਫ ਨੂੰ ਬਿਮਾਰ ਲੈ ਕੇ ਜਾਣਾ ਵਾ ਮਗਰਬ ਦਾ ਟਾਈਮ ਹੋ ਗਿਆ ਅਤੇ ਮੈਂ ਕਿਹਾ ਵੀ ਮੈਂ ਬਰਤਨ ਧੋ ਦਿੰਦੀ ਹਾਂ ਫਿਰ ਜਲਦੀ ਜਲਦੀ ਚਲੇ ਜਾਂਦੇ ਹਾਂ ਯੂਸਫ ਵੀ ਕਹਿੰਦਾ ਮੈਂ ਨਾਲ ਜਾਣਾ ਹਾਂਜੀ ਉਹ ਡਿੱਬਾ ਹੁਣ ਹੁਣ ਸਾਰੇ ਬੱਚੇ ਆਏ ਆ ਨਾ ਅਤੇ ਉਹ ਹੁਣ ਖੇਲੇ ਲੱਗਿਆ ਹੋਇਆ ਕੋਚ ਬਹੁਤ ਆ ਅਤੇ ਫਿਰ ਇਸ ਲਈ ਤੁਹਾਨੂੰ ਪਤਾ ਬੱਚੇ ਨੇ ਫਿਰ ਇਸੇ ਤਰ੍ਹਾਂ ਹੀ ਲੈਣਾ ਇਹਦੇ ਨਾਲ ਅੱਛਾ ਤੁਸੀਂ ਕੀ ਕਰਨਾ ਹੈਗਾ ਨੀ ਅੱਛਾ ਚਲੋ ਸਹੀ ਮੈਂ ਤੁਹਾਨੂੰ ਲੈ ਜਾਊਂਗਾ ਠੀਕ ਹੋ ਗਿਆ ਨਹੀਂ ਮੈਨੂੰ ਵੈਸੇ ਹੀ ਪਿਆਰਾ ਲੱਗਣ ਡਿਆ ਅੱਛਾ ਹਲਕਾ ਸਹੀ ਹੁਣ ਸਾਨੂੰ ਜਲਦੀ ਹੈ ਬੱਚਿਆਂ ਨੇ ਕਹਿਣਾ ਸਾਨੂੰ ਦੇਵੋ ਅਸੀਂ ਵਿੱਚ ਪਾਣੀ ਪਾ ਕੇ ਰੱਖ ਲਿਆ ਬਰਫ ਲਿਆ ਕੇ ਪਾਉਂਦੀ ਠੰਡਾ ਹੋ ਜਾਊਗਾ ਹਾਂਜੀ ਪਾਵਾਂਗੇ